दोस्त थोड़ी ऐसी है, ठीक है? हाँ जी ठीक। गुड है। टीचर अच्छे हैं? हाँ जी टीचर अच्छे हैं। तो बाकी गेम गुम जो वो अच्छे? हाँ गेम अच्छे। ਲੈ ਵੀ ਕੰਪਨੀ ਚੱਲਦੀ ਪਈ ਹੈ। ਪਾਸੇ ਵਾਲਾ ਖੜਾ ਪਾਸੇ ਵਾਲਾ। ਹੈਲੋ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਕੀ ਹਾਲ ਚਾਲ ਸਾਰਿਆਂ ਦਾ। ਆਈ ਹੋਪ ਤੁਸੀਂ ਠੀਕ ਹੋਵੋਗੇ। ਆਪਾਂ ਅੱਜ ਦੇ ਦਿਨ ਦੀ ਸ਼ੁਰੂਆਤ ਕਰਦੇ ਹਾਂ। ਲਓ ਜੀ ਆਪਾਂ ਨਿਕਲ ਚੁੱਕੇ ਹਾਂ। ਅੱਜ ਦਾ ਦਿਨ ਹੈ ਤਾਂ ਸਾਰਾ ਦਿਨ सारा दिन अलग हुंदा हुंदा है पर सवेर का दिन सेम हुंदा हुंदा है क्योंकि रूटीन थोड़ी चेंज होती होती है ना। हाय ओए दिल तक करदा इत्थे रहण नूं पर की करिए। 30 प्लस मेंटेनेंस है 30,000 2BHK का नहीं सॉरी हाँ 2BHK का 25 प्लस मेंटेनेंस है 28-29 दे 2BHK 25,000 प्लस मेंटेनेंस है इत्थे हीरो होम दे विच। मेंटेनेंस हैगी 3,000-4,000 रुपया इतने सस्ता है अपना वधिया पै 15,000 प्लस मेंटेनेंस 18,000-18,000 देगा 2BHK का नाले कोई भी रो मुंडे कुड़ियाँ फैमिली हीरो होम तो वड्डी सोसाइटी है वैसे पूरो जे देखा जाए तो। हैलो दीदी ਲੈ ਵੀ ਕੰਪਨੀ ਚੱਲਦੀ ਪਈ ਹੈ। ਕਪਲ ਜਾ ਰਿਹਾ। ਲਓ ਜੀ ਆਪਾਂ ਹੈਗੇ ਹੁਣ 79 ਨੂੰ ਜਾ ਰਹੇ ਹਾਂ। ਉੱਥੋਂ ਜਿਹੜਾ ਆਪਾਂ ਲੈਫਟ ਹੁੰਦੇ ਸੀ ਆਪਾਂ ਸਿੱਧਾ ਜਾ ਰਹੇ ਹਾਂ। ਆ ਪਹਿਲਾਂ ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਸਕੂਲ ਇਹ ਅਮਿਤੀ ਇੰਟਰਨੈਸ਼ਨਲ ਸਕੂਲ ਹੈ। ਅਮਿਤੀ ਇੰਟਰਨੈਸ਼ਨਲ ਸਕੂਲ ਹੈ ਇਹ ਤੇ ਬਹੁਤ ਵੱਡਾ ਸਕੂਲ ਹੈ ਚੰਗਾ ਸਕੂਲ ਹੈ ਤੇ ਥੋੜ੍ਹੀ ਫੀਸ ਜ਼ਿਆਦਾ ਵੀ ਹੈ ਇਹਦੀ ਪਰ ਸਟੱਡੀ ਦੇ ਮਾਮਲੇ ਵਿੱਚ ਚੰਗਾ ਹੈ ਵਧੀਆ। ਇਹਨਾਂ ਦੀ ਬੱਸਿਸ ਵਗੈਰਾ ਲੱਗੀਆਂ ਹੋਈਆਂ ਅਤੇ ਆਹ ਦੇਖ ਰਹੇ ਹੋ ਬੱਸਿਸ ਅਤੇ ਔਨ ਰੋਡ ਸਕੂਲ ਹੈ ਜੇ ਮਤਲਬ ਕਿਸੇ ਨੇ ਛੱਡਣਾ ਵੀ ਆ ਜਾਂ ਤੁਸੀਂ ਬੱਚੇ ਨੂੰ ਪਾਉਣਾ ਚਾਹੁੰਦੇ ਹੋ ਦੂਰ ਰਹਿੰਦੇ ਹੋ ਤਾਂ ਇੱਥੇ ਮੋਹਾਲੀ ਮੂਵ ਔਨ ਕਰਨਾ ਚਾਹੁੰਦੇ ਹੋ ਇੱਥੇ ਸਟੱਡੀ ਕਰਾਉਣਾ ਚਾਹੁੰਦੇ ਹੋ ਬੱਚੇ ਨੂੰ ਤਾਂ ਤੁਸੀਂ ਆਲੇ ਦੁਆਲੇ ਘਰ ਵੀ ਨੇ ਤਾਂ ਇੱਥੇ ਤੁਸੀਂ ਰੈਂਟ 'ਤੇ ਵੀ ਲੈ ਸਕਦੇ ਹੋ ਤੁਹਾਨੂੰ ਈਜ਼ੀਲੀ ਮਿਲ ਜਾਏਗਾ ਨਾਲੇ ਥੋੜ੍ਹੇ ਇੱਥੇ ਸਸਤੇ ਵੀ ਹੈ ਅਤੇ ਨਵੇਂ ਵੀ ਬਣੇ ਹੋਏ ਨੇ ਕਿਉਂ ਕਿਉਂਕਿ ਇਹ ਸੈਕਟਰ ਨਵਾਂ ਹਲੇ ਰੈਡੀ ਹੋਇਆ। ਆਪਾਂ ਜਿਵੇਂ ਸਿੱਧਾ ਸਿੱਧਾ ਆਹ ਗੁਰਦੁਆਰਾ ਸਾਹਿਬ ਹੈ ਜੀ 79 ਦਾ ਗੁਰਦੁਆਰਾ ਸਾਹਿਬ ਆਉਂਦਾ ਇਹ ਸਿੱਧਾ ਜਾਵਾਂਗੇ ਸਾਹਮਣੇ ਆ ਗਿਆ ਸੋਹਾਣੇ ਦਾ ਪੁਲਿਸ ਸਟੇਸ਼ਨ ਹੈ ਜੀ ਇਹ। ਮੈਂ ਪਹਿਲਾਂ ਵੀ ਤੁਹਾਨੂੰ ਇੱਕ ਦੋ ਵਾਰ ਦਿਖਾਇਆ ਸੀਗਾ ਉੱਧਰ ਦਿਖਾਇਆ ਸੀਗਾ ਆਪਾਂ ਉਹ ਗੋਲਡਨ ਟਾਊਨ ਸੋਸਾਇਟੀ ਆ ਗਈ ਇਹ ਪੁਲਿਸ ਸਟੇਸ਼ਨ ਆ ਗਿਆ ਜੀ ਸੋਹਾਣੇ ਦਾ ਮੋਹਾਲੀ ਦਾ ਪੁਲਿਸ ਸਟੇਸ਼ਨ ਹੈ ਮੇਨ ਇਹ ਵੱਡਾ ਹੈ ਬਹੁਤ ਜ਼ਿਆਦਾ। ਆਹ ਗੋਲਡਨ ਟਾਊਨ ਸੋਸਾਇਟੀ ਹੈ ਇੱਥੇ ਤੁਹਾਨੂੰ ਆਟੋ ਸਰਵਿਸ ਵੀ ਮਿਲ ਜਾਂਦੀ ਹੈ ਈਜ਼ੀਲੀ। ਹਾਂ ਹੁਣ ਪਛਾਣ ਲਿਆਓਗੇ ਤੁਸੀਂ ਇਹ ਰਾਹ ਹੈ ਨਾ CP67 CP67 ਹੈ ਜੀ ਸਾਰਾ ਕਮਰਸ਼ਲ ਹੈ ਇੱਥੇ ਕਿਸੇ ਨੇ ਪਰਚੇਸ ਕਰਨਾ ਹੋਵੇ ਤਾਂ ਵੀ ਦੱਸਿਓ ਇੱਥੇ ਸ਼ੋਅਰੂਮ ਹੈ ਬੂਥ ਹੈ SEOs ਹੈ ਉਸ ਤੋਂ ਇਲਾਵਾ ਫੂਡ ਸ਼ਾਪ ਹੈ ਹਰ ਇੱਕ ਚੀਜ਼ ਮਿਲ ਜਾਏਗੀ ਇੱਥੇ। ਹੁਣ ਇਹ ਰੋਡ ਕਰੋਸ ਕਰਕੇ ਇੱਧਰ 79 ਨਾ ਰੋਡ ਕਰੋਸ ਕਰਕੇ 67 ਹੈ ਸਾਰੀ ਮਾਰਕੀਟ ਨਵੀਂ ਓਪਨ ਹੋਈ ਹੈ ਸੈਕਟਰ 68 ਦੇ ਵਿੱਚ ਪੈਂਦੀ ਹੈ ਇਹ। ਇੱਥੇ ਮੇਰੇ ਇੱਕ ਫਰੈਂਡ ਹੈ ਸੈਂਡੀ ਉਹਨਾਂ ਨੇ ਆਪਣਾ ਕੱਪੜੇ ਦਾ ਕੰਮ ਸਟਾਰਟ ਕੀਤਾ ਤੁਹਾਨੂੰ ਇਹ ਦਿਖਾਵਾਂਗੇ ਕਲੋਜ਼ ਦਿਖਾਵਾਂਗੇ ਇੱਕ ਦਿਨ ਸ਼ਾਰਟ ਜਾਵਾਂਗੇ ਇਹਨਾਂ ਦੇ ਦਿਖਾਵਾਂਗੇ। ਬਾਕੀ ਇਹ ਉਹੀ ਰੋਡ ਹੈ 67 ਵਾਲੀ ਨਾ ਇੱਥੇ ਸਾਰੀ IT ਕੰਪਨੀਜ਼ ਹੈ। ਆਫਟਰ ਪਲੱਸ ਟੂ ਤੁਸੀਂ ਚੰਗੀ ਨੌਕਰੀ ਕਰਨਾ ਚਾਹੁੰਦੇ ਹੋ ਆਫਟਰ ਗ੍ਰੈਜੂਏਸ਼ਨ ਤੁਸੀਂ ਚੰਗੀ ਨੌਕਰੀ ਕਰਨਾ ਚਾਹੁੰਦੇ ਤਾਂ ਇੱਥੇ ਆ ਕੇ ਕਰ ਸਕਦੇ ਹੋ।
ਜੀ ਲਾਈਟਾਂ ਜਾਣੀਆਂ ਜੀ ਤੇ ਇੱਧਰ ਨੂੰ ਰੋਡ ਜਾ ਰਿਹਾ 11 ਫੇਸ ਬੈਸਟਿਕ ਨੂੰ ਇੱਧਰ ਹੈਗਾ ਖਰੜ ਆਪਾਂ ਇੱਧਰ ਨੂੰ ਜਾ ਕੇ ਜਾਣਾ ਹੈ ਆਪਾਂ ਇੱਧਰ ਨੂੰ ਜਾਵਾਂਗੇ ਠੀਕ ਹੈ ਜੀ ਇਹ ਕਿਉਂਕਿ ਛੋਟਾ ਪੁਲ ਹੈ ਨਾ ਇੱਥੇ ਤਾਂ 200 ਯੂਨਿਟ 300 ਯੂਨਿਟ ਮਾਫ ਆ ਮਹੀਨੇ ਦੀ ਜੀ 2 ਮਹੀਨੇ ਦਾ ਬਿੱਲ ਆਵੇਗਾ 600 ਯੂਨਿਟ ਮਾਫ ਹੈ ਛੇ ਤੋਂ ਉੱਪਰ ਤੁਸੀਂ ਤੁਹਾਡਾ ਜੇ ਬਿੱਲ ਆਉਂਦਾ ਤਾਂ ਬਿਜਲੀ ਦਾ ਬਿੱਲ ਓਨਰ ਤੋਂ ਲਏਗਾ ਅਦਰਵਾਈਜ਼ ਲੰਦਾ ਨਹੀਂਗਾ ਓਨਰ ਸਾਡਾ ਤਾਂ ਲੰਦਾ ਨਹੀਂ ਯਾਰ ਕਈਆਂ ਦੇ ਲੰਦੇ ਵੀ ਹੈ ਲੋਕ ਆਪਾਂ ਆ ਗਏ ਗੁੱਲੀ ਦੇ ਘਰੇ अपने भतीज की एडमिशन करान है रिव्यू तो चंगे मिलते पे हैं है ना रिव्यू तो चंगे मिलते पे हाँ बस आप एडमिशन करा जा रहे हैं अज छिक देना काम सफाई अभियान चलता पाया जी स्कूल की मेंटेनेंस बहुत है आप एडा वा पाना नहीं द इंटरनेशनल स्कूल डून इंटरनेशनल आ गेट है जी दो गेट है वैसे तीन दिखाई है लो जी आ एंट्री है जी लो जी आप डून इंटरनेशनल भतीजे की एडमिशन करा इधर नहीं चलते एडमिशन करवाती है जी अपने भतीजे की चाचा भतीजा तो भतीज भी खुश होगा देख के वीडियो है ना कि पापा वो एक्साइटेड है कि वो इतने आन छेती छेती है ना भतीजा जी तुम देख रहे हो तो जरूर कमेंट करके दस्यो तुम एक्साइटेड हो रोटी तू दस कितने खानी है ਕਿੰਨੀ ਪੇਮੈਂਟ ਦਿੱਤੀ ਹਲੇ ਆਪਾਂ 31,500 ਰੁਪਏ ਦਿੱਤਾ ਜੀ ਹਲੇ ਬਾਕੀ ਜਦੋਂ ਕਹਿੰਦੇ ਤੁਸੀਂ ਬੱਚਾ ਸਟੱਡੀ ਕਰ ਦੋ ਲੱਗ ਜਾਏਗਾ ਉੱਥੇ 2 ਦਿਨ ਪਹਿਲਾਂ ਪੇਮੈਂਟ ਕਰਨੀ ਹੈ 2 ਦਿਨ ਪਹਿਲਾਂ ਹਫ਼ਤਾ ਪਹਿਲਾਂ ਪੇਮੈਂਟ ਕਰਨੀ ਹੈ ਸਕੂਲ ਚੰਗਾ ਹਰ ਇੱਕ ਗੇਮਸ ਹੈ ਇੱਥੇ ਆ ਉਹਦਾ ਜਵਾਕ ਨਹੀਂ ਦਿੱਤਾ ਕਿਹਦਾ ਜਵਾਕ ਹੈ ਕਿਹਦਾ ਜਵਾਕ ਹੈ ਨਹੀਂ 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 ਲੋ ਜੀ ਆ ਗਏ ਜੀ ਬਾਹਰ ਆਪਾਂ आप गए उधरों से आ इधरों गए लो जी आप रोटी खान जा रहे हैं और आप कितने खा सकते हैं कितने खा सकते हैं कितने खा सकते हैं आई एम द लव चांसर आई एम द लव चांसर सेक्टर 68 द लॉफ इंस्टीट्यूट लो करना चाहते हो तो तुम इतने आ सकते हो चंगा इंस्टीट्यूट है ये स्टडी चंगी है यदि रहने लिए सामने घर मिल जाने हैं वन रूम घट पैसों के नाले मार्केट है मतलब थोनू दूर कितने जाना नहीं पेगा आले दुआले थोनू हर एक चीज़ मिल जाएगी ईजीली गुरुद्वारा साहब भी है जी ये बनता पाया गुरुद्वारा साहब देखो जी इतने सारी मार्केट्स अवेलेबल हैं हर तरह की चीज़ थोड़ा इतने मिल जाएगी एक्टिंग क्लासेस भी ऊपर लगाने हैं डांसिंग वगैरह भी है इतने सेल लगी हुई है 50% सैक्टर 68 के बीच जी आप आ गए 9 फेज तो आप पाशाले को मिलन जा रहे हैं पाशाला राह दे विच है जूस पी रहे कहते 9 फेज
ਇੰਨਾ ਜ਼ਿਆਦਾ ਉੱਥੇ ਸਾਹ ਉਹਨੂੰ ਮਿਲਣ ਦਾ ਕਹਿੰਦੇ ਖੁਸ਼ੀਆਂ ਬਹੁਤ ਆ ਗਈਆਂ ਜਦ ਤਾਂ ਉਹ ਮਿਲਿਆ ਆਪਾਂ ਨੂੰ ਗੁੱਲੀ ਨੇ ਗੁਰਦੁਆਰੇ ਸਾਹਿਬ ਜਾਣਾ ਸੀਗਾ ਅੱਜ ਉਹ ਰਹਿ ਗਿਆ ਮੇਰੀ ਵਜ੍ਹਾ ਨਾਲ ਕਦਰ ਆ ਮੈਂ ਮਨਾ ਕਦੋਂ ਕੀਤਾ ਸਵੇਰੇ दीदी चलो हमने इधर को मुड़ना है। अच्छा आप नहीं मुड़ रहे हैं, मुड़ो ना फिर। आप है जी आ सरकारी स्कूल है जी 9 बजे का। इतने शैलवी है हॉस्पिटल है शैलवी मार्केट के बिल्कुल बैक साइड है बिल्कुल आ मार्केट है। रोटी कड़े सरदार तो खानी है खा लैने पाशा लो कि पाशा आ खड़ा पाशा आ देखो। हेलो सर ये छोले भटूरे वाला जी इतने खवादा डोमिनोज वाले भी हैं इतना आप रोटी खावे सरदार का ढाबा पाशाला गुल्ली आते हुए सर किवें लग रहा थोनू मोहाली आके इन्ने टाइम बाद बहुत वधिया लग रहा सर आ जाओ थोनू आपां खाना खवाने हैं सरदार जी के ढाबे तो अस थोनू सरदार जी के ढाबे तो खाना खवाने हैं। होर सर बच्चे बाल बच्चे सब वधिया राजी खुशी घर पे ठीक है सारे खाना बहुत टेस्टी सी सिर्फ नंबर पे प्लेट बहुत ज़्यादा टेस्टी सी नौ फीस तक भी ट्राई करो हम जा रहे हैं सेक्टर 70 के विच। हाँ भाई लो जी आप गन्ना जूस पीवांगे 71 के विच यार यार हैं अरे थ्री वन तो क्या कर रहे हैं गन्ना बैंग कर रहे हैं अभी से। अच्छा तो जी बहुत टेस्टी बनाया सेक्टर 71 के विच खड़ा है तुसी पियो सेक्टर 71 घर पे वापस आ गए हैं। कल मिलते हैं नई जगह टाइम हालात जज्बात लेके पापा।